ਅਜਨਾਲਾ ਦੇ ਪਿੰਡ ਈਸਾਪੁਰ ਦੇ ਨਜ਼ਦੀਕ ਇੱਕ ਟਰੱਕ ਦੁਆਰਾ ਇੱਕ ਪਰਿਵਾਰ ਨੂੰ ਕੁਚਲਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਵਿੱਚ ਇੱਕ 2 ਸਾਲ ਦੇ ਮਾਸੂਮ ਬੱਚੇ ਦੀ ਮੌਤ ਹੋ ਗਈ ਅਤੇ ਮਾਂ ਵੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ ਹੈ। ਇਸ ਸੰਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਪੀੜਿਤ ਸ਼ੇਰ ਸਿੰਘ ਨਿਵਾਸੀ ਪਿੰਡ ਸਰਾਈ ਅਮਾਨਤ ਖਾਨ ਨੇ ਦੱਸਿਆ ਕਿ ਉਹ ਆਪਣੀ ਪਤਨੀ ਅਤੇ ਬੱਚਿਆਂ ਦੇ ਨਾਲ ਸਹੁਰੇ ਘਰ ਵੱਲ ਜਾ ਰਿਹਾ ਸੀ। ਇਹ ਅਚਾਨਕ ਇੱਕ ਟਰੱਕ ਦੁਆਰਾ ਟੱਕਰ ਲੱਗਣ ਨਾਲ ਉਸਦੇ 2 ਸਾਲ ਦੇ ਬੇਟੇ ਚਰਨਪ੍ਰੀਤ ਦੀ ਮੌਕੇ ਉੱਤੇ ਮੌਤ ਹੋ ਗਈ ਅਤੇ ਪਤਨੀ ਦਾ ਨਿਚਲਾ ਹਿੱਸਾ ਕੱਟ ਗਿਆ। ਵੀਰ ਜੀ ਮੈਂ ਹੀ ਲੁੱਟੇ ਗਏ ਐਡਾ ਪੁੱਤ ਵੀ ਜਵਾਨੋ ਚਲ ਗਿਆ ਕਿੱਥੇ ਹੈ ਤੂੰ ਕੀ ਕਿਹੜੇ ਪਿੰਡ ਦਾ ਤੂੰ ਕਿਹੜੇ ਪਿੰਡ ਦਾ ਪੁੱਤਰਾ ਤੂੰ ਪਿੰਡੇ ਭੈਣ ਜੀ ਸਰਾਂ ਦੇ ਪਿੰਡੇ ਨੂੰ ਦਾ ਹੀ ਨਾਲੇ ਲੱਗੇ ਹਾਏ ਮੈਂ ਕਿਹੜੇ ਨਾਲੇ ਲੱਗੇ ਨਹੀਂ ਅਸੀਂ ਤੋਤੇ ਬੁੱਢੇ ਲੱਗੇ ਹਾਂ ਹਾਏ ਗੰਡੀ ਬੰਦੇ ਨਾਲੇ ਲੱਗੇ ਗੰਡੀ ਬੰਦ ਸਰਾਂ ਹਾਂ ਕਿੰਨੇ ਮਾਰੇ ਵੀਰੇ ਟਰੱਕ ਵਾਲਾ ਮਾਰ ਗਿਆ ਏ ਵੀਰ ਜੀ ਸਾਡ ਮਾਰੀ ਉਹਨੇ ਵੀਰ ਜੀ ਤੇਰਾ ਆ ਕੀ ਗੱਲ ਹੋਈ ਸਾਰੀ ਮੈਂ ਇੱਥੇ ਦਰਿਆ ਜਾਣ ਡਿਆ ਤੇ ਇਹਨਾਂ ਟਰੱਕ ਵਾਲੇ ਨੇ ਵਿੱਚ ਮਾਰ ਦਿੱਤਾ ਮੈਂ ਖਿਲਾਰਦਾ ਵੀ ਟਰੱਕ ਵਾਲੇ ਨੂੰ ਟਰੱਕ ਵਾਲਾ ਖਲੋਤਾ ਹੀ ਨਹੀਂ ਕੋਈ ਨੰਬਰ ਵੇਖਿਆ ਟਰੱਕ ਦਾ ਤੁਸੀਂ ਟਰੱਕ ਵਾਲੇ ਦਾ ਨੰਬਰ ਨਹੀਂ ਇਹ ਟਰੱਕ ਉੱਥੇ ਖਲੋਤਾ ਆ ਆਪ ਸ਼ਰਾਬ ਹੀ ਛੱਡ ਕੇ ਭੱਜ ਗਿਆ ਟਰੱਕ ਇਸ ਸੰਬੰਧ ਵਿੱਚ ਪੁਲਿਸ ਥਾਣਾ ਅਜਨਾਲਾ ਦੇ ਪਰਿਵਾਰੀ ਅਮਨਦੀਪ ਸਿੰਘ ਨੇ ਦੱਸਿਆ ਕਿ ਇੱਕ ਟਰੱਕ ਦੁਆਰਾ ਇੱਕ ਪਰਿਵਾਰ ਨੂੰ ਪੁੱਛਿਆ ਗਿਆ ਹੈ। ਇਸ ਵਿੱਚ ਇੱਕ ਬੱਚੇ ਦੀ ਮੌਤ ਹੋ ਗਈ ਅਤੇ ਔਰਤ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ ਹੈ। ਉਹਨਾਂ ਨੇ ਦੱਸਿਆ ਕਿ ਆਰੋਪੀ ਡਰਾਈਵਰ ਟਰੱਕ ਨੂੰ ਉੱਥੇ ਹੀ ਛੱਡ ਕੇ ਫਰਾਰ ਹੋ ਗਿਆ। ਐਕਸੀਡੈਂਟ ਵਿੱਚ ਜਿਹੜਾ ਟਿੱਪਰ ਆ ਉਹਦੇ 'ਤੇ ਕਨੈਕਸ਼ਨ ਰੋਕ ਸੀਗਾ। ਟਿੱਪਰ ਦੇ ਨੀਚੇ ਆ ਕੇ ਜਿਹੜਾ ਇੱਕ ਲੜਕਾ ਚਰਨਪ੍ਰੀਤ ਸਿੰਘ ਜਿਹਦੀ ਉਮਰ 2 ਸਾਲ ਆ ਉਹਦੀ ਮੌਕੇ 'ਤੇ ਹੀ ਮੌਤ ਹੋ ਗਈ। ਉਹਦੀ ਮਦਰ ਸੰਦੀਪ ਕੌਰ ਜਿਹੜੀ ਆ ਉਹ ਜ਼ਖਮੀ ਗੰਭੀਰ ਹਾਲਤ ਜ਼ਖਮੀ ਹੈ। ਇਹਨਾਂ ਦੋਨਾਂ ਦਾ ਜਿਹੜਾ ਜਿਹੜੀ ਲੜਕੀ ਆ ਲੜਕਾ ਵਾ ਚਰਨਪ੍ਰੀਤ ਉਹਦੇ ਲਈ ਉੱਥੇ ਮੌਕੇ 'ਤੇ ਕਾਰਵਾਈ ਕੀਤੀ ਜਾ ਰਹੀ। ਅਸੀਂ ਸਰਵਨ ਸਿੰਘ ਮੌਕੇ 'ਤੇ ਗਏ ਨੇ ਜੋ ਇਨਵੈਸਟੀਗੇਸ਼ਨ 'ਤੇ ਗਿਆ ਹੈਗਾ ਜੋ ਹਾਲਾਤ ਕਾਰਵਾਈ ਕੀਤੀ ਸੀਗੀ। ਟਿੱਪਰ ਦਾ ਡਰਾਈਵਰ ਕਿੱਥੇ? ਟਿੱਪਰ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਵਾ। ਅੱਗੇ ਜੋ ਵੀ ਉਹਦੀ ਮਾਲਕੀ ਆ ਉਹਦੇ ਤੋਂ ਪਤਾ ਇਹ ਗੱਲ ਕਲੀਅਰ ਹੋ ਜਾਏਗੀ ਕਿ ਇਹਦਾ ਮਾਲਕ ਕੌਣ ਸੀਗਾ ਇਹਦਾ ਡਰਾਈਵਰ ਕੌਣ ਸੀ। ਬਿਊਰੋ ਰਿਪੋਰਟ ਆਵਾਜ਼ ਕੌਮ ਟੀਵੀ।